ಎನಿಕೆ ಬಾಲನು ಸುಲಾವೆ ಮಾತಾ ಗುಜರಿ ಎನಿಕೆ ಬಾಲನು ಸುಲಾವೆ ಮಾತಾ ಗುಜರಿ ਜਿਹੜਾ ਜਿਹੜਾ ਮੇਰਾ ਵੀਰ ਮੇਰੀ ਭੈਣ ਇਸ ਨਿਸਬਤ ਦੇ ਨਾਲ ਗੁਰਦੁਆਰਾ ਗੁਰੂ ਤੇਗ ਬਹਾਦਰ ਸਾਹਿਬ ਦੇ ਨਾਮ ਦੇ ਨਾਲ ਸਮਰਪਿਤ ਇਸ ਸਿੰਘ ਸਭਾ ਦੇ ਗੁਰਦੁਆਰੇ 'ਚ ਬੈਠਾ ਹੈ ਨਾ ਕਿ ਅੱਜ ਮੁਰਾਦਾਂ ਨਾਲ ਝੋਲੀਆਂ ਭਰਾ ਕੇ ਲੈ ਕੇ ਜਾਣੀਆਂ ਨੇ ਉਹ ਮੇਰੇ ਨਾਲ ਰਲ ਕੇ ਆ ਲਾਈਨ ਦਾ ਵਿਅਰਥ ਕਰਿਓ ਉੱਚੀ ਉੱਚੀ ਆਪਾਂ ਇਸ ਸਥਾਨ ਨੂੰ ਸੱਚਖੰਡ ਬਣਾਈਏ ਉੱਚੀ ਤਰੀਕੇ ਹੋ ਪਹਿਲਾਂ ਨਿੱਕੇ ਨਿੱਕੇ ਬਾਲਾਨੂੰ ਸੁਲਾਵੇ ਮਾਂ ਗੁਜਰੀ ਨਿੱਕੇ ਬਾਲਾਨੂੰ ਸੁਲਾਵੇ ਮਾਤਾ ਗੁਜਰੀ ਵੀਰ ਮਨਦੀਪ ਜਿੱਥੇ ਤੂੰ ਵੀ ਬੈਠਾ ਨਾ ਵੀ ਤੈਨੂੰ ਪਰਵਰਦਿਗਾਰ ਤੇਰੀ ਟੀਮ ਨੂੰ ਤੇਰੇ ਬਜ਼ੁਰਗਾਂ ਨੂੰ ਸਲਾਮਤ ਰੱਖੇ ਤੈਨੇ ਬਹੁਤ ਸੋਹਣੀ ਸੰਗਤ ਦੇ ਦਰਸ਼ਨ ਕਰਵਾਏ ਸਲਾਮ ਹੈ ਮੇਰਾ ਨਵਾਬ ਸ਼ੇਰ ਮੁਹੰਮਦ ਖਾਨ ਦੀ ਧਰਤੀ ਤੋਂ ਧੰਨ ਸਾਰਿਆਂ ਆਓ ਕਹੋ ਇੱਕ ਵਾਰੀ ਨਿੱਕੇ ਨਿੱਕੇ ਬਾਲਾਨੂੰ ਸੁਲਾਵੇ ਮਾਤਾ ਗੁਜਰੀ ਹੋ ਨਿੱਕੇ ਨਿੱਕੇ ਬਾਲਾਨੂੰ ਸੁਲਾਵੇ ਮਾਤਾ ਗੁਜਰੀ ਠੰਡੀਆਂ ਹਵਾਵਾਂ ਗੁਜਰੀ ਨਿੱਕੇ ਨਿੱਕੇ ਬਾਲਾਨੂੰ ਸੁਲਾਵੇ ਮਾਤਾ ਗੁਜਰੀ ਸਾਰੇ ਰਲ ਕੇ ਬੋਲੋ ਨਿੱਕੇ ਨਿੱਕੇ ਬਾਲਾਨੂੰ ਸੁਲਾਵੇ ਮਾਤਾ ਗੁਜਰੀ ਦਾਦੇ ਦੀਆਂ ਗੱਲਾਂ ਬਚਾਉਂਦੀ ਹੈ ਦਾਦੀ ਦੀ ਮਜ਼ਲੂਮੀ ਦੇਖ ਲਾ ਸਕਦੇ ਜੀ ਨਾ ਕੋਈ ਕੱਪੜੇ ਤੇ ਨਾ ਕੋਈ ਦੀਵਾਰ ਦਾ ਸਾਇਆ ਕਿਵੇਂ ਰਾਤ ਲੰਘਾਉਂਦੀ ਹੈ ਦਾਦੇ ਦੀਆਂ ਗੱਲਾਂ ਕਦੀ ਲੋਰੀਆਂ ਸੀਨੇ ਨਾਲ ਲਾ ਕੇ ਪੋਤੇ ਠੰਡ ਨਾ ਬਚਾਉਂਦੀ ਏ ਏਦਾਂ ਕਹਿਰੀ ਰਾਤ ਨੂੰ ਏਦਾਂ ਕਹਿਰੀ ਰਾਤ ਨੂੰ ਲਗਾਵੇ ਮਾਤਾ ਗੁਜਰੀ ਸੁਲਾਵੇ ਮਾਤਾ ਗੁਜਰੀ ਸਭ ਢੱਕ ਕੇ ਬੋਲਿਓ ਸੰਗਤ ਜੀ ਠੰਡੇ ਬੁਰਜ ਦੇ ਵਿੱਚ ਬੈਠਿਓ ਠੰਡੇ ਬੁਰਜ ਦੇ ਠੰਡ ਨੂੰ ਮਾਣਿਓ ਫੇਰ ਕੇ ਹੋਏ ਇਹ ਲਾਈਨ ਨਿੱਕੇ ਨਿੱਕੇ ਬਾਲਾਨੂੰ
ਸੁਲਾਵੇ ਮਾਤਾ ਗੁਜਰੀ। ਉਹ ਠੰਡੀਆਂ ਹਵਾ ਠੰਡੀਆਂ ਹਵਾ ਤੋਂ ਬਚਾਵੇ ਮਾਤਾ ਗੁਜਰੀ। ਨਿੱਕੇ ਨਿੱਕੇ ਬਾਲਾਂ ਨੂੰ ਸੁਲਾਵੇ ਮਾਤਾ ਗੁਜਰੀ। ਕੱਲ੍ਹ ਦੀ ਜਿਹੜੀ ਮੇਰੀ ਹਾਜ਼ਰੀ ਹੈ ਨਾ ਫਤਿਹਗੜ੍ਹ ਸਾਹਿਬ ਠੰਡੇ ਬੁਰਜ ਦੇ ਵਿੱਚ ਕਵੀ ਦਰਬਾਰ ਹੈ, 9 ਵਜੇ ਤੋਂ ਲੈ ਕੇ ਰਾਤ ਦੇ 1 ਵਜੇ ਤੀਕ ਮੈਂ ਤੁਹਾਡਾ ਸਾਰਿਆਂ ਦਾ ਸਲਾਮ ਜਾ ਕੇ ਕਹੂੰਗਾ ਛੋਟੇ ਸਾਹਿਬਜ਼ਾਦਿਆਂ ਤੇ। ਗੱਲ ਸੁਣਾਵੇ ਮਾਤਾ ਗੁਜਰੀ। ਨਿੱਕੇ ਨਿੱਕੇ ਬਾਲਾਂ ਨੂੰ ਸੁਣਾਵੇ ਮਾਤਾ ਗੁਜਰੀ। ਖੁਸ਼ੀ ਦਾ ਜਿਹੜਾ ਪਲ ਹੈ ਨਾ ਉਹ ਮਿੰਟ ਦੇ ਵਿੱਚ ਲੰਘ ਜਾਂਦਾ, ਪਤਾ ਹੀ ਨਹੀਂ ਲੱਗਦਾ। ਅਭੀ ਆਏ ਅਭੀ ਬੈਠੇ ਅਭੀ ਦਾਮਨ ਸੰਭਾਲਦਾ ਹੈ, ਤੁਹਾਰੀ ਜਾਉਂ ਜਾਉਂ ਨੇ ਮੇਰਾ ਦਮ ਨਿਕਲਦਾ ਹੈ। ਜਦੋਂ ਵਿਛੋੜਾ ਹੋਵੇ ਉਹ ਇੱਕ ਇੱਕ ਪਲ ਕਹਿਰ ਦਾ ਬੀਤਦਾ, ਜਦੋਂ ਟੈਨਸ਼ਨ ਹੋਵੇ ਪਰੇਸ਼ਾਨੀ ਹੋਵੇ। ਸਲਾਮ ਮਾਤਾ ਗੁਜਰ ਕੌਰ ਜੀ ਨੂੰ। ਠੰਡੀਆਂ ਕਿਹੜੇ ਕਿਹੜੇ ਸਦਮੇ ਨਾਲ ਦੁੱਖ ਦੇ ਕਿਹਦੇ ਨਾਲ ਦੁੱਖ ਦੇ ਬੜਾਵੇ ਮਾਤਾ ਗੁਜਰੀ। ਨਿੱਕੇ ਨਿੱਕੇ ਪਰ ਮੈਂ ਕਹੂੰਗਾ ਉਦੋਂ ਜਦੋਂ ਤੁਹਾਡਾ ਇੱਥੇ ਆਵਾਜ਼ ਹੋਏਗਾ, ਮੈਂ ਫੇਰ ਤੁਹਾਨੂੰ ਅਗਲੇ ਸ਼ੇਰ ਸੁਣਾਊਂਗਾ ਜਿਹਦਾ ਦਿਲ ਨੂੰ ਛੂਹੇ ਨਾ ਸਾਰੀ ਰਾਤ ਬੈਰਾਗਮਈ ਹੋ ਕੇ ਰਹੇਗਾ ਮੇਰਾ ਯਕੀਨ। ਕਹੋ ਨਿੱਕੇ ਨਿੱਕੇ ਬਾਲਾਂ ਨੂੰ ਸੁਲਾਵੇ ਮਾਤਾ ਗੁਜਰੀ। ਬਾਲਾਂ ਨੂੰ ਸੁਲਾਵੇ ਮਾਤਾ ਗੁਜਰੀ। ਅਜੀਤ ਤੇ ਜੁਝਾਰ ਵਾਂਗੂ ਪਟਕੇ ਸਜਾ ਲੱਕ ਦੇ ਜਿਹੜੇ ਪਟਕੇ ਲਾਉਂਦੇ ਆ ਅਜੀਤ
ਸਫ਼ਰ ਕਰਕੇ ਲੈ ਕੇ ਆਇਆ ਨਾ ਮੇਰੀ ਸਾਰੀ ਦੁਕਾਨ ਉੱਤਰ ਜਾਏ ਹਨਾ।